ਦੇ ਨਾਲ ਸਨਮਾਨਿਤ ਕੀਤਾ ਜਾਂਦਾ ਆ ਔਰ ਇਨਾਮ ਵੱਡਾ ਹੋਵੇ ਜਾਂ ਛੋਟਾ ਹੋਵੇ ਉਸ ਤੋਂ ਬਾਅਦ ਅਵਿਸ਼ੇਸ਼ ਸਨਮਾਨ ਦੀ ਰਸਮ ਅਦਾ ਉਸ ਤੋਂ ਹੁਣ ਤੋਂ ਬਾਅਦ ਅਮਰੀਕ ਸਿੰਘ ਕੋਹਾਲਾ ਭਾਜੀ ਨੂੰ ਅਸੀਂ ਬੇਨਤੀ ਕਰਦੇ ਹਾਂ ਜੇ ਆਣ ਕੇ ਆਪਣਾ ਵਿਸ਼ੇਸ਼ ਸਨਮਾਨ ਪ੍ਰਾਪਤ ਕਰਨ ਅਮਰੀਕ ਸਿੰਘ ਕੋਹਾਲਾ ਭਾਜੀ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਵਿੱਚ ਆਓ ਤੇ ਆਪਣਾ ਵਿਸ਼ੇਸ਼ ਸਨਮਾਨ ਪ੍ਰਾਪਤ ਕਰੋ ਔਰ ਇਹ ਭਾਜੀ ਦੇ ਨਾਨਕਿਆਂ ਦਾ ਪਿੰਡ ਆ ਭਾਜੀ 11 ਵਜੇ ਤੋਂ ਹੀ ਇੱਥੇ ਆਣ ਕੇ ਪਹੁੰਚ ਗਿਆ ਸਾਡੇ ਵਿੱਚ ਤੇ ਬੜੀ ਖੁਸ਼ੀ ਆ ਭਾਈ ਜੀ ਆਇਆਂ ਨੂੰ ਤੇ ਆਪਣਾ ਵਿਸ਼ੇਸ਼ ਸਨਮਾਨ ਪ੍ਰਾਪਤ ਕਰਨ ਉਸ ਤੋਂ ਬਾਅਦ ਨੰਬਰਦਾਰ ਮਹਿੰਦਰ ਸਿੰਘ ਜੀ ਨੂੰ ਬੇਨਤੀ ਆ ਕਿ ਉਹ ਵੀ ਸਾਡੇ ਵਿੱਚ ਪਹੁੰਚਣ ਤੇ ਆਪਾਂ ਜਿਹਨਾਂ ਨੂੰ ਵਿਸ਼ੇਸ਼ ਸਨਮਾਨ ਦੇਣੇ ਆ ਸੋ ਇਸ ਲਈ ਉਹਨਾਂ ਦੀ ਹਾਜ਼ਰੀ ਇੱਥੇ ਬਹੁਤ ਜ਼ਰੂਰੀ ਆ ਬਲਕਾਰ ਸਿੰਘ ਜੀ ਭਾਜੀ ਨੂੰ ਵੀ ਬੇਨਤੀ ਕਰਦੇ ਹਾਂ ਕਿ ਸਾਡੇ ਕੋਲ ਆਉਣ ਔਰ ਵਿਸ਼ੇਸ਼ ਸਨਮਾਨ ਦੇਣੇ ਆ ਔਰ ਇਹ ਸਾਰੇ ਪ੍ਰਬੰਧਕ ਵੀਰਾਂ ਦੀ ਹਾਜ਼ਰੀ ਜ਼ਰੂਰੀ ਆ ਬਿਕਰਮਜੀਤ ਸਿੰਘ ਮਾਸਟਰ ਕਾਲਾ ਸੰਘੀਆਂ ਤੋਂ ਉਹਨਾਂ ਨੂੰ ਵੀ ਬੇਨਤੀ ਆ ਕਿ ਆਪਣਾ ਆਣ ਕੇ ਵਿਸ਼ੇਸ਼ ਸਨਮਾਨ ਪ੍ਰਾਪਤ ਕਰਨ ਔਰ ਇਸ ਦੇ ਨਾਲ ਹੀ ਜਿਹੜੀਆਂ ਦੋ ਟੀਮਾਂ ਆ ਪਿੰਡ ਸੁੰਡੜਾਂ ਅਤੇ ਕਾਲਾ ਸੰਘੀਆ ਇਹਨਾਂ ਪਲੇਅਰਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਆ ਕਿ ਚੰਦ ਕੁ ਮਿੰਟਾਂ ਦੇ ਵਿੱਚ ਹੀ ਆਣ ਕੇ ਆਪਣਾ ਗਰਾਊਂਡ ਦੇ ਵਿੱਚ ਆ ਜਾਣ ਇਹਨਾਂ ਦਾ ਮੈਚ ਜਿਹੜਾ ਵਾ ਕਰਵਾ ਦਿੱਤਾ ਜਾਊਗਾ ਆ ਫੋਟੋਗ੍ਰਾਫਰ ਵਾਲਾ ਵੀਰ ਵੀ ਆ ਜਾਵੇ ਮਾਸਟਰ ਬਿਕਰਮਜੀਤ ਜੀ ਉਹ ਵੀ ਆਪਣਾ ਵਿਸ਼ੇਸ਼ ਸਨਮਾਨ ਪ੍ਰਾਪਤ ਕਰਨ ਔਰ ਫੋਟੋਗ੍ਰਾਫਰ ਮੇਰਾ ਵੀਰ ਪਹਿਲਾਂ ਆਪਣਾ ਕੰਮ ਕਰ ਲਓ ਵਿਸ਼ੇਸ਼ ਸਨਮਾਨ ਦੀ ਰਸਮ ਸ਼ੁਰੂ ਹੋਈ ਆ ਔਰ ਜਿਹਨਾਂ ਵੀ ਸ਼ਖਸੀਅਤਾਂ ਨੂੰ ਬੁਲਾਇਆ ਗਿਆ ਆ ਸਾਡੇ ਯੂਥ ਕਲੱਬ ਵੱਲੋਂ ਇਨਵੀਟੇਸ਼ਨ ਭੇਜੇ ਗਏ ਆ ਸੋ ਸਾਰੇ ਆਏ ਵੀ ਆ ਤੋ ਹੁਣ ਉਹਨਾਂ ਵੀਰਾਂ ਦਾ ਨੂੰ ਜੀ ਆਇਆਂ ਕਹਿਣ ਦੇ ਲਈ ਸਨਮਾਨਿਤ ਕੀਤਾ ਜਾਂਦਾ ਆ ਸਰਵਣ ਸਿੰਘ ਜੀ ਸੰਘਾ ਜੋ ਸ਼ਿੰਦਰਘੜਾ ਕਬੱਡੀ ਪਲੇਅਰ ਆ ਉਹਨਾਂ ਦੇ ਫਾਦਰ ਸਾਹਿਬ ਉਹਨਾਂ ਨੂੰ ਵੀ ਬੇਨਤੀ ਆ ਕਿ ਉਹ ਵੀ ਆਪਣੇ ਬੇਟੇ ਦਾ ਮੈਚ ਦੇਖਣ ਆਏ ਆ ਤੇ ਸਪੈਸ਼ਲ ਅਸੀਂ ਇਨਵਾਈਟ ਵੀ ਕੀਤਾ ਆ ਉਹਨਾਂ ਨੂੰ ਵੀ ਬੇਨਤੀ ਆ ਕਿ ਆਪਣਾ ਵਿਸ਼ੇਸ਼ ਸਨਮਾਨ ਪ੍ਰਾਪਤ ਕਰਨ ਸੋ ਜਿਸ ਵੀ ਮੇਰੇ ਵੀਰ ਦਾ ਨਾਂ ਬੋਲਿਆ ਜਾਂਦਾ ਆ ਕਿਰਪਾ ਕਰਕੇ ਜਲਦੀ ਤੋਂ ਜਲਦੀ ਸਾਡੇ ਕੋਲ ਆ ਜਾਓ ਤਾਂ ਕਿ ਉਸ ਤੋਂ ਬਾਅਦ ਆਪਾਂ ਕਬੱਡੀ ਦਾ ਮੈਚ ਸ਼ੁਰੂ ਕਰਵਾ ਸਕੀਏ ਸੋ ਨਾਲ ਹੀ ਪਲੇਅਰ ਵੀਰਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਆ ਕਿ ਚੰਦ ਕੁ ਮਿੰਟਾਂ ਦੇ ਵਿੱਚ ਹੀ ਆ ਜਾਓ ਸਾਰੇ ਦਰਸ਼ਕ ਬੜੇ ਉਤਸੁਕ ਆ ਉਹਨਾਂ ਦਾ ਮੈਚ ਦੇਖਣ ਦੇ ਲਈ ਔਰ ਸਾਰੇ ਦਰਸ਼ਕ ਇਹ ਦੇਖਣਾ ਚਾਹੁੰਦੇ ਆ ਕਿ ਅੱਜ ਦੇ ਜੋ ਬੜੇ ਨਾਮ ਆ ਉਹਨਾਂ ਦਾ ਹੱਕਦਾਰ ਕੌਣ ਆ ਇਸ ਤੋਂ ਬਾਅਦ ਨੰਬਰਦਾਰ ਮਹਿੰਦਰ ਸਿੰਘ ਜੀ ਨੂੰ ਵਿਸ਼ੇਸ਼ ਸਨਮਾਨਿਤ ਕੀਤਾ ਜਾਊਗਾ ਬਲਕਾਰ ਸਿੰਘ ਹਾਂ ਭਾਜੀ ਨੂੰ ਬੇਨਤੀ ਕਰਦੇ ਹਾਂ ਕਿ ਉਹ ਵੀ ਆਪਣਾ ਵਿਸ਼ੇਸ਼ ਸਨਮਾਨ ਪ੍ਰਾਪਤ ਕਰਨ ਸੰਤੋਖ ਸਿੰਘ ਜੋ ਪਿੰਡ ਸੁੰਡੜਾ ਵਾਲਾ ਦੇ ਪੰਚਾਇਤ ਮੈਂਬਰ ਵੀ ਆ ਔਰ ਉਸ ਤੋਂ ਬਾਅਦ ਸ਼ਿੰਗਾਰਾ ਸਿੰਘ ਇਹਨਾਂ ਨੇ ਵੀ ਅੱਜ ਲੰਗਰ ਦੀ ਸੇਵਾ ਬਹੁਤ ਕੀਤੀ ਆ ਸਰਵਜੀਤ ਸਿੰਘ ਕਨੇਡਾ ਵਾਸੀ
उस वीर नूं भी बेनती करते हैं कि अपना विशेष सन्मान प्राप्त करे। आ जाओ जी, सो जिन्हां भी असीं वीरां सरबजीत सिंह किंदा चक दोनों तो सरपंच सरबजीत सिंह साबी, अगर सरपंच साहब इत्थे है तो अपना विशेष सन्मान प्राप्त करन। सरबजीत सिंह चक दोना सरपंच राणा 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 जी आ जाओ, तुसी भी तुहानू भी विशेष सन्मान देना वा। आ जाओ आ जाओ। इस दे नाल ही मैं इन्हां टीमां नू भी बेनती करता हां कि काला संगियां ते पिंड सुनड़ा वाल इन्हां दोवां टीमां नू बेनती की जाती है कि चंद मिंटां दे विच ही आ जाओ, इन्हां दा जल्द तो जल्द मैच शुरू करवा दिता जाऊगा। सरपंच बलेर दोना सो साडे विच मौजूद ही आ, सरपंच बलेर दोना सरपंच साहब नू भी बेनती की जाती है कि अपना विशेष सन्मान प्राप्त करन। सरपंच बलेर दोना बलेर खानपुर, सॉरी बलेर खानपुर, सरपंच पिंड बनवालीपुर। उन्होंने भी विशेष सन्मान किया जाऊगा। सरपंच पिंड बनवालीपुर इस दे नाल ही इन्हां दोवें वीरां दे टीमां दे प्लेयर नूं बेनती की जाती है कि एक दो मिनट दे विच आ जाओ, इन्हां दा मैच शुरू करवा दिता जाएगा। सो सारे दर्शक सो इस टूरनामेंट नूं भी इस दे नाल जसी सिद्धू स्वर्ण सिंह कलविंदर सिंह इन्हां कलविंदर सिंह उन्होंने वीरां नूं बेनती की जाती है कि अपना विशेष सन्मान तो प्राप्त करन। इन्हां वीरां नूं भी बेनती की जाती है कलविंदर सिंह उन्होंने नूं जस्सी सिद्धू नूं जे साडे विच होण ते अपना विशेष सन्मान प्राप्त करन। लखजिंदर यूएसए दे चाचा जी भी अमेरिका तो आए आ, उन्हां दा भी विशेष तौर ते सन्मान किया जाऊगा। लखजिंदर सिंह जिते चाचा जी यूएसए तो आए, उन्होंने भी स्पैशल तौर पर सदा पत्र भेजा गया सी इस टूरनामेंट दे विच हाजिर होने का, और उन्होंने सदा सदा स्वीकार किया ते उन्होंने भी विशेष सम्मान दिता जाऊगा। जसी सिद्धू कलविंदर सिंह किंदा स्वर्ण सिंह इन्हां नूं भी विशेष सम्मान दिता जाऊगा। सो स्वर्ण सिंह कलविंदर सिंह किंदा नूं विशेष तौर पर सम्मानित किया जा रहा है इस टाइम।
इस दिन कलवंत सिंह यूके कलवंत सिंह कांता अपना विशेष सम्मान प्राप्त कारण कलवंत सिंह कांता कलवंत सिंह कांता अपना विशेष सम्मान प्राप्त कारण तो आज का यह टूरनामेंट आखिरी पलों विच जांदा होया सिर्फ एक मैच हेलो मेरी बेनती है फाइनल मैच दी टीमां काला सिंघां ते सुरणा काफी समा हो चुका दोनों टीमां जल्दी दे नाल खेड दे मैदान विच आ जाणा काला सिंघां ते सुरणा दोनों टीमां नूं आखिरी कॉल कीती जा रही है भी आ जाण मैदान विच सुनड़ा ते काला सिंघां जिहड़ियां टीमां उह जल्दी नाल मैदान विच आ जाण फाइनल मैच खेड दे वास्ते जनरल बागू जी 2 मिंट दोनों टीमां नूं काला सिंघां ते सुरणा सुनड़ा की टीम लगता भी खेड के मैदान वाला रही है ते काले सिंघां वाले इधर बब्बा जी सरपंच साहब साडे वीर कहते भी 29 फरवरी 1 मार्च बनवालीपुर के कबड्डी कप की तरीक है सदे दिते जा रहे हैं उधर बलजीत सरपंच जी साडे बलेर खानपुर वाले पुजे ने उन्होंने भी बहुत बहुत धन्यवाद ज्ञान चंद जी पट्टी जी सरपंच कोहाले वाले वह भी अपना बनता मान सम्मान लिया ज्ञान चंद जी पट्टी जी कोहाले पिंड वाले वह भी अपना बनता मान सम्मान लिया ठीक है जी चरणजीत सिंह जी साका सरपंच वह अपना बनता मान सम्मान लैन जी सत्कार चरणजीत सिंह जी साका सरपंच कोहाले वाले इधर कहते भी 29 फरवरी से 1 मार्च बनवालीपुर के कबड्डी कप की तरीक है जिथे जसपाल राणा जी बनवालीपुर हर कमलजीत बब्बा जी सरपंच साहब ते मनजीत देओल होना का मलकीत देओल होना का बहुत बहुत धन्यवाद किया जा रहा है जसपाल राणा जी बनवालीपुर वालों प्यार के सदे दिए जा रहे हैं काफी समय तो टीमों को आवाज दे रहे हैं भी कितने टीमों दोनों काला सिंघां ते सुनड़वाल फाइनल मैच खेड के मैदान शुरू होना है काला सिंघां की टीम ते दूसरे पासे टीम जिहड़ी खेडनी है वह सुनड़वाल फाइनल मैच इधर चरणजीत सिंह जी साका सरपंच साडे कोहाले पिंड वाले जिन्हों का मान सम्मान किया जाना है वह भी सम्मान च लैना कि चरणजीत सिंह जी साका सरपंच कोहाले तो फोटोग्राफर भी साडा जिथे वास हुंदा होवे पुज्जे मैदान विच फोटोग्राफर 362 वाले वीर आओ जी भज के बिट्टू डीजे साउंड सिस्टम ते सोनू वालिया टेंट हाउस देवी भाजी उन्होंने भी सुनवा दईए ठीक है जी सोनू जी आओ तुसी वालिया टेंट हाउस ते बिट्टू साउंड वाला वीर साडा ये भी नाल दी नाल सन्मान दे दिए ते नाल ही चिट्टी वाला शामा ते रेफरी साडा जसपाल राणा जी वह भी आ जाओ चिट्टी वाले शामा जी आओ जी चिट्टी वाले शामा जी राणा बनवालीपुर जी राणा बनवालीपुर वह भी सन्मान लै लो जी अपना आगे बड़े भी थोड़ी 3-4 सन्मान होर हैप्पी पंडित सिनेमा वाले आओ तुसी भी नाल ही सन्मान लै लो बड़े भी कुछ सम्मान चंद हो थोड़े जी हैप्पी पंडित जी आओ तुसी हैप्पी पंडित सिनेमा राणे बाजी सम्मान च लो जी 362 वाले प्रदीप जी तुसी भी आ जाओ आओ जी आओ गोपी ठीकली जी आओ तुसी भी सम्मान च लवो जी शामा चिट्टी जी का हो गया सम्मान जी का अंकल हरविंद पाल जी तुम भी आओ ता भी मान सम्मान करना साडे खेड प्रेमी है हरविंद पाल सिंह जी नसीरपुर हाँ जी उन्होंने तो बाद लगी ताप जी 30 सैकंड का हूटर जिन्हों का लगा है वह भी सम्मान च लो जी प्रधान देवी जी होना वालों मान सम्मान किए जा रहे हैं ये रेलकोच फैक्टरी टिब्बे तो लागू साढ़े वीर बजे है
ਹਰਵਿੰਦਰਪਾਲ ਸਿੰਘ ਜੀ ਨਸੀਰਪੁਰ ਵਾਲੇ ਜਿਹਨਾਂ ਦਾ ਪੁੱਤਰ ਵੀ ਖੇਡ ਕਬੱਡੀ ਦਾ ਪ੍ਰਸਿੱਧ ਖਿਡਾਰੀ ਹੈ ਤੇ ਬਿੱਟੂ ਸੌਂਡ ਭਾਜੀ ਆਪਾਂ ਤੇ ਪਹਿਲਾਂ ਬੋਲਿਆ ਬਿੱਟੂ ਸੌਂਡ ਸਾਡਾ ਵੀਰ ਆ ਬਿੱਟੂ ਸੌਂਡ ਵਾਲਾ ਉਹ ਵੀ ਸਨਮਾਨ ਚ ਲਵੇ ਜੀ 365 ਵਾਲੇ ਪ੍ਰਦੀਪ ਜੀ ਤੁਸੀਂ ਵੀ ਸਨਮਾਨ ਚ ਲਵੋ 365 ਵਾਲੇ ਵੀਰ ਕਾਲਾ ਸਿੰਘਿਆਂ ਤੇ ਸੁਰਡਾ ਦੀ ਟੀਮ ਨੂੰ ਆਖਰੀ ਕਾਲ ਹੈ ਵੀ ਆਓ ਟੀਮਾਂ ਦੋਨੋਂ ਮੈਦਾਨ ਦੇ ਵਿੱਚ ਫਾਈਨਲ ਖੇਡਣ ਦੇ ਵਾਸਤੇ ਤੇ ਇੱਕ ਸਨਮਾਨ ਚ ਦੱਸਦਾ ਜੀ ਹਾਂਜੀ ਮੇਰੀ ਬੇਨਤੀ ਹੈ ਜੇਕਰ ਕਿਸੇ ਵੀਰ ਦਾ ਸਨਮਾਨ ਚ ਰਹਿ ਜਾਵੇ ਤੇ ਕੋਈ ਨਾਰਾਜ਼ਗੀ ਨਹੀਂ ਸਵੇਰੇ ਤੁਸੀਂ ਸਨਮਾਨ ਚ ਪ੍ਰਧਾਨ ਜੀ ਹੋਣਾ ਕੋਲੋਂ ਪ੍ਰਾਪਤ ਕਰ ਸਕਦੇ ਹੋ ਤੁਹਾਡੇ ਵੀਰਾਂ ਦੇ ਬਹੁਤ ਵੱਡੇ ਸਹਿਯੋਗ ਹੈ ਖੇਡ ਮੇਲੇ ਦੇ ਵਾਸਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਮੇਰੀ ਬੇਨਤੀ ਹੈ ਕਾਲਾ ਸਿੰਘਿਆਂ ਤੇ ਦੂਸਰੇ ਪਾਸੇ ਸੁਰਡਾ ਦੀ ਟੀਮ ਇਹ ਟੀਮਾਂ ਜਲਦੀ ਦੇ ਨਾਲ ਮੈਦਾਨ ਵਿੱਚ ਆ ਜਾਓ ਜੀ ਕਾਲਾ ਸਿੰਘਿਆਂ ਤੇ ਸੁਰਡਾ ਆਖਰੀ ਸੱਦਾ ਦੋਨੋਂ ਟੀਮਾਂ ਨੂੰ ਦਿੱਤਾ ਜਾ ਰਿਹਾ ਹੈ ਕਾਲਾ ਸਿੰਘਿਆਂ ਤੇ ਸੁਰਡਾ ਦੀਆਂ ਟੀਮਾਂ ਫਾਈਨਲ ਖੇਡਣ ਦੇ ਵਾਸਤੇ ਜਲਦੀ ਦੇ ਨਾਲ ਮੈਦਾਨ ਦੇ ਵਿੱਚ ਆਓ ਕਿਉਂਕਿ ਰੱਬ ਵਰਗੇ ਦਰਸ਼ਕ ਵੀ ਦੇਖੋ ਦੂਰੋਂ ਦੂਰੋਂ ਤੁਹਾਨੂੰ ਪੁੱਜੇ ਹੋਏ ਦੇਖਣ ਦੇ ਵਾਸਤੇ ਇੱਕ ਪਾਸੇ ਟੀਮ ਜਿਹੜੀ ਆ ਉਹ ਕਾਲੇ ਸਿੰਘਾਂ ਦੀ ਤੇ ਦੂਸਰੇ ਪਾਸੇ ਟੀਮ ਜਿਹੜੀ ਖੇਡੇਗੀ ਸੁਰਡਾ ਦੀ ਟੀਮ ਹੈ ਕਿਹੜੇ ਉਹ ਭਾਗਾਂ ਵਾਲੇ ਦੋ ਨੌਜਵਾਨ ਹੋਣਗੇ ਜਿਹਨਾਂ ਨੂੰ ਮੋਟਰਸਾਈਕਲ ਤੇ ਜਾਣੇ ਆ ਤੇ ਸਮੇਂ ਦੀ ਬਾਤ ਹੋਣੀ ਹੈ ਇਹਦੇ ਗੁਰਦੀਪ ਦੀਪਾ ਜੀ ਹੁਣ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਉਧਰ ਹੁਮਰ ਸਿੰਘ ਜੀ ਮਨਜੀਤ ਸਿੰਘ ਜੀ ਚਰਨਜੀਤ ਸਿੰਘ ਜੀ ਤੇ ਨਾਲ ਹੀ ਅਮਰੀਸ਼ ਸਿੰਘ ਕੋਹਾਲੇ ਪਿੰਡ ਵਾਲੇ ਸਾਡੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਵਿਸ਼ੇਸ਼ ਤੌਰ ਤੇ ਪੁੱਜੇ ਨੇ ਜਿਹੜੇ ਲਾ ਜੀ ਇੱਧਰ ਦੋ ਮੋਟਰਸਾਈਕਲ ਪ੍ਰਧਾਨ ਜੀ ਕਹਿੰਦੇ ਵੀ ਦੇਣੇ ਆ ਤੇ ਆਪਣੇ ਮੋਟਰਸਾਈਕਲ ਦੀ ਚਾਬੀ ਗੁੰਮ ਹੋ ਗਈ ਹੈ ਜਿਹਨਾਂ ਕੋਲ ਵੀ ਪ੍ਰਧਾਨ ਬਲਦੇਵ ਦੇਵੀ ਜੀ ਦੇ ਮੋਟਰਸਾਈਕਲ ਦੀ ਚਾਬੀ ਹੈ ਉਹ ਬੰਦ ਹੀ ਕਰ ਦਿਓ ਜੇ ਇਸ ਵੀਰ ਕੋਲ ਵੀ ਹੋਵੇ ਨੌਜਵਾਨ ਕੋਲ ਹੋਵੇ ਚਾਬੀ ਬੰਦ ਹੀ ਕਰੋ ਜੇ 3 ਮਿੰਟ ਦਾ ਸਮਾਂ ਦਿੱਤਾ ਗਿਆ ਜੀ ਪ੍ਰਬੰਧਕ ਕਮੇਟੀ ਵੱਲੋਂ 3 ਮਿੰਟ ਹੈ ਜੇ 3 ਮਿੰਟ ਦੇ ਦੋਨੋਂ ਟੀਮਾਂ ਨਹੀਂ ਆਉਂਦੀਆਂ ਤੇ 3,000 ਰੁਪਇਆ ਕੱਟਿਆ ਜਾਵੇਗਾ ਦੋਨੋਂ ਟੀਮਾਂ ਦਾ ਇਹ ਨੋਟ ਕਰ ਲਓ ਜੀ ਜੇ 3 ਮਿੰਟ ਦੇ ਕਾਲਾ ਸਿੰਘਾਂ ਤੇ ਸੁਨੜਵਾਲ ਦੀ ਟੀਮ ਨਹੀਂ ਪੁੱਜਦੀ ਤੇ ਦੇਵੀ ਪ੍ਰਧਾਨ ਹੋਣਾਂ ਵੱਲੋਂ ਫੈਸਲਾ ਸਰਪੰਚ ਤਰਲੋਚਨ ਜੀ ਹੋਣਾਂ ਵੱਲੋਂ ਵੀ 3,000 ਰੁਪਇਆ ਦੋਨੋਂ ਟੀਮਾਂ ਦਾ ਉਹ ਇਨਾਮ ਚੋਂ ਕੱਟਿਆ ਜਾਵੇਗਾ ਇਹ ਸਮਾਂ ਜਿਹੜਾ ਨੋਟ ਕੀਤਾ ਜਾ ਰਿਹਾ ਹੁਣ ਤੋਂ 3 ਮਿੰਟ ਸ਼ੁਰੂ ਹੋ ਚੁੱਕੇ ਹੈ ਕਾਲਾ ਸਿੰਘਾਂ ਤੇ ਸੁਰਡਾ ਦੀ ਟੀਮ ਜਲਦੀ ਦੇ ਨਾਲ ਖੇਡ ਮੈਦਾਨ ਪੁੱਜੇ ਕਾਲਾ ਸਿੰਘਾਂ ਤੇ ਸੁਰਡਾ ਫਾਈਨਲ ਮੈਚ ਖੇਡਿਆ ਜਾਣਾ ਉਧਰ ਬਲਜੀਤ ਸਿੰਘ ਜੀ ਸਰਬੰਸ ਸਾਹਿਬ ਬਲੇਰ ਖਾਨਪੁਰ ਵਾਲੇ ਪੁੱਜੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਬਲਜੀਤ ਸਾਡਾ ਵੀਰ ਕਿਤੇ ਵੀ ਇਟਲੀ ਕਬੱਡੀ ਫੈਡਰੇਸ਼ਨ ਦਾ ਪ੍ਰਧਾਨ ਵੀ ਹੈ ਲੱਖੀ ਇਟਲੀ ਵਾਲਾ ਕਿਤੇ ਵੀ ਕੁਹਾਲਾ ਪਿੰਡ ਹੈ ਜਿਹਨਾਂ ਦਾ ਕਿਤੇ ਵੀ ਵੱਡੇ ਯੋਗਦਾਨ ਦੇ ਉਹਨਾਂ ਵੀਰਾਂ ਦੇ ਬਹੁਤ ਬਹੁਤ ਧੰਨਵਾਦ ਹੈ ਤੇ ਨਾਲ ਹੀ ਇੱਧਰ ਖੇਡ ਦੇ ਮੈਦਾਨ 'ਚ ਮੇਰੀ ਬੇਨਤੀ ਹੈ ਟੀਮਾਂ ਨੂੰ ਵੀ ਕਾਲਾ ਸਿੰਘਿਆਂ ਤੇ ਸੁਰਡਾ ਦੋਨੋਂ ਜਲਦੀ ਦੇ ਨਾਲ ਖੇਡ ਦੇ ਮੈਦਾਨ 'ਚ ਆ ਰਹੇ ਜੀ ਕਾਲਾ ਸਿੰਘਿਆਂ ਤੇ ਸੁਰਡਾ ਦੀਆਂ ਟੀਮਾਂ ਜਲਦੀ ਦੇ ਨਾਲ ਖੇਡ ਦੇ ਮੈਦਾਨ 'ਚ ਆਉਣ ਫਾਈਨਲ ਖੇਡਣ ਦੇ ਵਾਸਤੇ ਇੱਧਰ ਮੈਂ ਦੇਖ ਰਿਹਾ ਵੀ ਕੁਝ ਖਿਡਾਰੀ ਜਿਹੜੇ ਆ ਖੇਡ ਦੇ ਮੈਦਾਨ ਦੇ ਵੱਲ ਸੁਰਡਾ ਦੇ ਪੁੱਜ ਰਹੇ ਨੇ ਕਾਲੇ ਸਿੰਘਾਂ ਵਾਲੇ ਵੀ ਪੁੱਜ ਜਾਓ ਕਾਲਾ ਸਿੰਘਿਆਂ ਜਿੱਥੇ ਕਹਿੰਦੇ ਵੀ ਵੱਡਾ ਪਿਆਰ ਹੈ ਸਾਡੇ ਬਲਜੀਤ ਜੀ ਇਟਲੀ ਤੋਂ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਨੇ ਉਹਨਾਂ ਦੇ ਵੀਰ ਕਹਿੰਦੇ ਵੀ ਆਪਣੇ ਸਮੇਂ ਦੇ ਪ੍ਰਸਿੱਧ ਖਿਡਾਰੀ ਤੇ ਪਹਿਲਵਾਨ ਆ ਕੁਲਵੰਤ ਕੰਤਾ ਜੀ ਵੀ ਇਟਲੀ ਵਾਲੇ ਪੁੱਜੇ ਹੋਏ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਹਨਾਂ ਦਾ ਕੋਹਾਲਾ ਪਿੰਡ ਹੈ ਕੁਲਵੰਤ ਕੰਤਾ ਜੀ ਕਹਿੰਦੇ ਵੀ ਅੱਜ ਵੱਖਰੀ ਲੁੱਕ ਬਣੀ ਹੈ ਉਸ ਦਿਨ ਦਸਤਾਰ ਸਜੀ ਸੀ ਤੇ ਅੱਜ ਦਸਤਾਰ ਨਹੀਂ ਬਣ ਕੇ ਆਏ ਤੇ ਸਾਡੇ ਵੀਰ ਕੁਲਵੰਤ ਕੰਤਾ ਜੀ ਇਟਲੀ ਵਾਲੇ ਆਪਣੇ ਸਮੇਂ ਦੇ ਪ੍ਰਸਿੱਧ ਖਿਡਾਰੀ ਵੀ ਹੈ ਤੇ ਪਹਿਲਵਾਨੀ ਵੀ ਕੀਤੀ ਹੈ ਆਰ ਕਹਿੰਦੇ ਵੀ ਬਲਜੀਤ ਸਾਡਾ ਵੀਰ ਇਟਲੀ ਕਬੱਡੀ ਫੈਡਰੇਸ਼ਨ ਪ੍ਰਧਾਨ ਹੈ ਤੇ ਨਾਲ ਲੱਖੀ ਇਟਲੀ ਬਲਜੀਤ ਸਿੰਘ ਜੀ ਸਰਪੰਚ ਬਲੇਰ ਖਾਨਪੁਰ ਕਮਲਜੀਤ ਸਿੰਘ ਜੀ ਬੱਬਾ ਜੀ ਸਰਪੰਚ ਬਨਵਾਲੀਪੁਰ ਵਾਲੇ 29 ਫਰਵਰੀ 1 ਮਾਰਚ ਨੂੰ ਸੱਦੇ ਭੇਜਦੇ ਨੇ ਇੱਧਰ ਬਲੇਰ ਖਾਨਪੁਰ ਦੇ ਕਾਲੇ ਸਿੰਘਾਂ ਦੀ ਟੀਮਾਂ ਨੂੰ ਲਾਸਟ ਸੱਦੇ ਦਿੱਤੇ ਜਾ ਰਹੇ ਨੇ
जे तीन मिनट का समा दिता सी नहीं टीम आ रही तो तीन तीन हजार कटे जाना है। ये तलोजर सिंह सरपंच भी खुश ने, बाबा महेंद्र सिंह जी भी खुश ने, शिंगारा सिंह जी भी खुश ने, भी वधिया टीम आ रही बुढ़िया है। ला जी प्रबंधक कमेटी वालों फैसला है बई खिलाड़ियो हुण तुसीं अपनी मर्जी ना आ रहे हो ते तुहाडी जिहड़ी मन्नी जा रही है भी कोई गल नहीं पाउंदी होर 20 मिनट लाओ। प्रबंधक कमेटी कहिंदी भी कोई गल नहीं फाइनल खिडावांगी। फाइनल मैच जदों शुरू होना ते प्रबंधक कमेटी ने फैसला किया भी समा अपनी मर्जी ना देवांगे, उहदे किसे खिलाड़ी की कोई अपील दलील नहीं मनी जाएगी। जे तुसीं नहीं आउंदे समें ना ते कोई गल नहीं, जदों प्रबंधक कमेटी ने फैसला दिता है ते उह वी तुहानूं मनना पैणा है। इस करके टीम नोट कर लो दोनों बलेर खानपुर के काला सिंह है क्योंकि इस दार मरीसी की आपा तो काफी टूर्नामेंट में जाके भी यह अनाउंस करीदा है बई प्लेयर जेडे पुजते गड्डिया जाते हैं काफी तादाद खिडारियों गड्डिया मालिक की बख्शिश है पर जो दूरों दूरों दर्शक आते हैं ना ये कोई बेचारा तुरके आता कोई साइकिल से कोई स्कूटर से कोई मोटरसाइकिल से खिडारी कोई गुस्सा ना करे खिडारियों ने मैच खेडना पैसे लैके कमा सैल्फ मारी तो गड्डी से चल जाना है रब ना करे जे दर्शक आते दूरों दूरों मैच देखने वास्ते इन्हों जाना कोई भाणा वापर जाए तो इन्हों कबड्डी का कोई स्वाद नहीं वो कबड्डी लाहेवंद नहीं वो नुकसानदेह होंगी है इन्होंने वास्ते क्योंकि प्लेयर तुहाडे वास्ते दर्शक जोड़े आते हैं दर्शकों के नाल ही जिहड़ी कबड्डी चंगी लगती है। जे हुण ओपन के खिलाड़ी पहला आते 12 बजे हुण आते 2-3 बजे तो मैच होंगे जाके 3-3:30 बजे शुरू हुण तुहाडे वल देख के छोटे खिलाड़ी पता की करते हैं वो आते 1 बजे जेडे 60-75 किलो 72 किलो के खिलाड़ी है वह भी तुहाडे वल देख देख के आ रहे हैं तुहाडियां पैरां ते चल रहे हैं भी वड्डे खिलाड़ी की करते हैं हुण छोटे खिलाड़ी भी तुहाडियां पैरां ते चल रहे हैं वह 1 बजे आते हैं 2 बजे लाके टूरनामेंट शुरू हुंदा है। ये कैसी कबड्डी खेली जाती है जी 2 बजे शुरू होती है आ रात को लाइटा जी लाइया जाए लाइटा वाले वीर का बहुत बहुत धन्यवाद है। वैसे तो कल भी सानू वीर ने यह बेनती की भी थोड़ा जा बोलिया जरूर करो पर लाइटा च बहुत ही वधिया कबड्डी नहीं खेड होंगी जी दिन की कबड्डी है दिन की चंगी लगती है। प्रबंधक वीर ने 100 रुझेवे होंगे है जिन्होंने माया दी है उन्होंने मान सम्मान भी कर रहे हैं कुछ दे मान सम्मान हो जाते हैं कुछ रह जाते हैं वो गुस्से हो जाते आपके साल पैसे देंगे फिर पिंड की होंदिया वो पार्टियां बाजिया बजदियाँ पर यह बहुत ही वधिया गल ही खिडारी भीरो 2-2 घंटे घंटा घंटा जी ग्राउंड खाली रहे वो कबड्डी फायदेमंद नहीं वो नुकसानदेह है क्योंकि प्रबंधक कमेटी जी है कल आप सुनने वाल की गल नहीं करते होर पिंड की भी गल करते हैं पिछले भी थोड़े जहाँ दिनों खेड मेला होया सी उत्थे रात को लगभग 1:15 बजे जाके फाइनल होया बई दसो कि कबड्डी खेली जाती है जी रात को 1:15 बजे फाइनल होगा जेडे दर्शक से वह लोइया लैके बैठे रह भी फाइनल कदों हो सैमी हो दर्शक बेचारे मैच देख के फिर गए एक कबड्डी के खिडारी का भी कहने पिछले दिन थोड़ा जहा एक्सीडेंट होया रात को 2:30 बजे मैच खेड के जा रहा वो 5 खिलाड़ी होर से 2:30 बजे उस गड्डी का एक्सीडेंट होया गड्डी चकना चूर हो गई पर 6 प्लेयर बच गए एक गलती कहती है खिलाड़ियों की खिलाड़ी समय ना नहीं आते हूँ भी असी काफी समय तो आवाजा दे रहे हैं फिर भी खिलाड़ी नहीं आ रहा गोरे भीर बेनती है भी चूना लैके ग्राउंड पहुंचे गोरा गोरे बेनती है भी चूना लैके ग्राउंड आ जाए साबू तुले उन्होंने बेनती है भी लियाओ टीम अपनी तो काले वालों बेनती बारी तुम भी पूरे खिलाड़ी आ जाओ ग्राउंड काला सिंह जिले कपूरथले की साड़ी मनी परमनी टीम है पर 75 किलो वाले ये 4 प्लेयर आए हैं बाकी जो ओपन वाले वो भी नहीं आए प्लीज बाजी आ तुम इस एरिए मनी परमनी टीम है ताडा सत्कार करते असी प्रबंधक कहते भी कोई गल नहीं करो मर्जी अपनी तो मैच का समा से अपनी मर्जी ना देवे वो तुम मनना पवेगा एनआरई भरा जोड़े आर बैठे खेड मेले देख रहे हैं दसा नस की किरत कमाई चो बड़े योगदान पाए उन्होंने वीर ने कमेंट भेज दिया भी भाजी आह कि कबड्डी खिलाते हो इंडिया के
ਬਾਹਰਲੇ ਮੁਲਕਾਂ 'ਚ ਕਬੱਡੀ ਖੇਡੀ ਜਾਂਦੀ ਹੈ, ਸਮੇਂ ਦੇ ਪਾਬੰਦ ਹੈ ਖਿਡਾਰੀ, ਉਹ ਦਸਾਂ ਦਿਨਾਂ ਦੀ ਕਿਰਤ ਕਰਕੇ ਪਤਾ ਨਹੀਂ ਕਿੱਥੋਂ ਪੈਸੇ ਪੂਰੇ ਕਰਕੇ ਜਿਹੜੇ ਭੇਜਦੇ ਹੈ। ਆਪਾਂ ਉਹਨਾਂ ਨੂੰ ਕੁਝ ਦਿਖਾਉਣਾ ਗਰਾਊਂਡ ਦੇ ਵਿੱਚ, ਜੇ ਗਰਾਊਂਡ ਹੀ ਖਾਲੀ ਦਿਖਾਉਣੀ ਹੈ ਵੀਡੀਓ ਬਣਾ ਕੇ ਜਦੋਂ ਮਰਜ਼ੀ ਭੇਜ ਦਿਓ, ਬਈ ਖਾਲੀ ਗਰਾਊਂਡ ਤਾਂ ਪਿੰਡ 'ਚ ਹਰ ਚੇਕ ਹੈਗੀ ਹੈ। ਇਹ ਤੁਹਾਡੀ ਖੇਡ ਦਾ ਸਤਿਕਾਰ ਕਰਦੇ ਜਿਹੜੇ ਇੰਨੇ ਭਰਾ ਪੈਸੇ ਭੇਜਦੇ ਆ। ਇਧਰ ਕੁਲਵੰਤ ਕੰਤਾ ਜੀ ਇਟਲੀ ਵਾਲੇ ਬੁੱਝੇ ਆ, ਪ੍ਰਸਿੱਧ ਕਬੱਡੀ ਦੇ ਖਿਡਾਰੀ ਤੇ ਪਹਿਲਵਾਨੇ ਦੇ ਵਿੱਚ ਕਹਿੰਦੇ ਵੱਡਾ ਨਾਮ ਰਿਹਾ ਜਿਹਨਾਂ ਦਾ ਜਾਣਕਾਰੀ ਦੇ ਰਹੇ। ਜਦੋਂ ਯਾਰ ਪਤੇ ਦੇ ਖੇਡ ਮੇਲੇ ਹੁੰਦੇ ਆ ਤੇ ਖਿਡਾਰੀ ਪੂਰੇ ਸਮੇਂ ਦੇ ਪਾਬੰਦ ਹੈ, ਸਮਾਂ ਦਿੱਤਾ ਜਾਂਦਾ ਵੀ ਇਸ ਸਮੇਂ ਦੇ ਨਾਲ ਹੀ ਟੀਮ ਆਉਣੀ ਚਾਹੀਦੀ ਗਰਾਊਂਡ ਦੇ ਵਿੱਚ, ਖਿਡਾਰੀ ਤੁਰੰਤ ਆਉਂਦੇ ਆ। ਪਰ ਇੰਡੀਆ ਦੇ ਵਿੱਚ ਕਹਿੰਦੇ ਵੀ ਕਬੱਡੀ ਮਕਬੂਲ ਤੇ ਬਹੁਤ ਆ, ਖਿਡਾਰੀ ਸਮੇਂ ਦੇ ਪਾਬੰਦ ਨਹੀਂ, ਇਹ ਬਹੁਤ ਮਾੜੀ ਗੱਲ ਹੈ। ਜਿਹੜਾ ਇਨਸਾਨ ਕਹਿੰਦੇ ਵੀ ਸਮੇਂ ਦੀ ਕਦਰ ਨਹੀਂ ਕਰਦਾ ਤੇ ਸਮਾਂ ਵੀ ਉਸ ਦੀ ਕਦੇ ਕਦਰ ਨਹੀਂ ਕਰਦਾ, ਜਿਹੜਾ ਇਨਸਾਨ ਜਿਹੜਾ ਪਲੇਅਰ ਸਮੇਂ ਦੀ ਕਦਰ ਨਹੀਂ ਕਰਦਾ ਕਦੇ ਬੁਲੰਦੀਆਂ ਨੂੰ ਨਹੀਂ ਛੂੰਦਾ। ਜਿੰਦਰ ਖਾਨੋਵਾਲ ਇਸ ਗੱਲ ਦਾ ਗਵਾਹ ਹੈ, ਜਿਸਨੇ ਸਮੇਂ ਦੀ ਕਦਰ ਕੀਤੀ ਹੈ, ਸਮੇਂ ਦੇ ਨਾਲ ਕਬੱਡੀ ਖੇਡੀ ਹੈ। ਮਲਸੀਆਂ ਦਾ ਕੁਲਜਿੰਦਾ ਬਰਾਜਮਾਨ ਹੈ, ਅੱਜ ਮਾਨ ਸਨਮਾਨ ਦਿੱਤੇ ਜਾਂਦੇ ਆ ਤੇ ਇਹਨਾਂ ਦੇ ਇਸੇ ਕਰਕੇ ਮਾਨ ਸਨਮਾਨ ਹੁੰਦੇ ਆ ਵੀ ਇਹ ਸਮੇਂ ਦੇ ਬਾਅਦ ਵਧੀਆ ਸੀ ਪਲੇਅਰ, ਸਮੇਂ ਦੇ ਨਾਲ ਗਰਾਊਂਡ 'ਚ ਆਏ ਹੈ। ਤੇ ਅੱਜ ਕਹਿੰਦੇ ਵੀ ਸਟਾਰਾਂ ਦੇ ਵਿੱਚ ਦੁਨੀਆ ਜਾਣਦੀ ਆ ਮਲਸੀਆਂ ਦੇ ਕੁਲਜੀਤੇ ਨੂੰ, ਖਾਨੋਵਾਲ ਦੇ ਜਿੰਦਰ ਨੂੰ। ਹੁਣ ਮੈਂ ਬੇਨਤੀ ਆਖਰੀ ਕਰਾਂਗਾ, ਉਸ ਤੋਂ ਬਾਅਦ ਪ੍ਰਬੰਧਕ ਫੈਸਲਾ ਕਰਨਗੇ ਬਈ ਸੁਰਡਾ ਦੀ ਟੀਮ ਤੇ ਕਾਲਾ ਸਿੰਘਾਂ ਪੂਰੇ ਪਲੇਅਰ ਗਰਾਊਂਡ ਵਿੱਚ ਆਉਣ। ਭਾਜੀ ਇਹ ਪ੍ਰਧਾਨ ਹੁਣਾਂ ਦਾ ਫੈਸਲਾ ਬਈ ਪੂਰੇ ਪਲੇਅਰ ਗਰਾਊਂਡ ਵਿੱਚ ਆ ਜਾਣ, ਦੋਨੋਂ ਟੀਮਾਂ ਦੇ ਫਾਈਨਲ ਸ਼ੁਰੂ ਕਰੀਏ ਆਪਾਂ। ਲਾਸਟ ਮੈਚ ਹੈ, ਦਰਸ਼ ਵੀਰ ਉਤਾਵਲੇ ਆ, ਫਾਈਨਲ ਦੇਖੀਏ ਕਿਹੜੇ ਉਹ ਨੌਜਵਾਨ ਜਿਹੜੇ ਮੋਟਰਸਾਈਕਲ ਜਿੱਤਦੇ ਆ। ਤੇ ਪਰ ਟੀਮਾਂ ਪਤਾ ਨਹੀਂ ਕਿਉਂ ਨਹੀਂ ਆ ਰਹੀਆਂ ਖੇਡ ਦੇ ਮੈਦਾਨ 'ਚ, ਕਾਫੀ ਸਮੇਂ ਤੋਂ ਆਵਾਜ਼ਾਂ ਦੇ ਰਹੇ ਆ ਕਿ ਕਬੱਡੀ ਵਾਲਿਆਂ ਕੋਲੋਂ ਕਬੱਡੀ ਅੱਜ ਕੱਲ੍ਹ ਕਈ ਸਵਾਲ ਪੁੱਛਦੀ, ਮੈਨੂੰ ਖੇਡਣ ਗਿਆ ਕੈਨੇਡਾ ਭੱਜ ਜਾਂਦੇ, ਉੱਥੇ ਜਾ ਕੇ ਕਿਉਂ ਮਾਵਾਂ ਦੇ ਲਾਲ ਪੁੱਛਦੀ, ਮੈਂ ਤਾਂ ਖੇਡ ਹੋਵਾਂ ਘਿਓ ਤੇ ਬਦਾਮ ਖਾ ਕੇ, ਮੇਰਾ ਸੰਬੰਧ ਕੀ ਮੈਡੀਸਨ ਨਾਲ ਪੁੱਛਦੀ, ਟੀਮਾਂ ਆਉਂਦੀਆਂ ਕਿਉਂ ਨਹੀਂ ਸਮੇਂ ਸਿਰ ਮੈਦਾਨ ਅੰਦਰ, ਇੰਨਾ ਹੋਇਆ ਘੁੰਮੰਦੜਾ ਹਾਲ ਪੁੱਛਦੀ, ਮੈਂ ਪਵਿੱਤਰ ਖੇਡ ਪੰਜਾਬ ਦੀ ਹਾਂ, ਮੈਨੂੰ ਬੇਇੱਜ਼ਤੀ ਦੇ ਬਹਿਣੀ ਨਾ ਬਹਿਣ ਦੇਵੋ ਤੇ ਮੇਰਾ ਨਾਮ ਬਦਨਾਮ ਨਾ ਕਰੋ, ਐਵੇਂ ਮੈਨੂੰ ਪਿੰਡਾਂ 'ਚ ਹੀ ਭਾਵੇਂ ਰਹਿਣ ਦੇਵੋ। ਹੈਲੋ ਬਈ ਪਲੇਅਰਾਂ ਵਾਸਤੇ ਇਹ ਬਹੁਤ ਜ਼ਿਆਦਾ ਮਾੜੀ ਗੱਲ ਆ, ਦਰਸ਼ਕ ਵਿਚਾਰੇ ਦੇਖੋ ਕਿੱਦਾਂ ਕਿੰਨੀ ਠੰਡ ਆ ਜਾਂ ਕਿੱਦਾਂ ਬੈਠੇ ਆ, ਤੁਹਾਡੇ ਮੈਚ ਦੇਖਣ ਵਾਲੇ ਬੈਠੇ ਆ, ਜੇ ਹੁਣ ਘੰਟਾ ਘੰਟਾ ਆਪਾਂ ਇੱਥੇ ਬੈਠੇ ਰਹਿਣਾ ਤਾਂ ਫਿਰ ਕਿੱਦਾਂ ਹੋਊਗੀ। ਇਹ ਮੈਂ ਇਹਨਾਂ ਨੂੰ ਕਹਿ ਕੇ ਮੈਂ ਪੈਸੇ ਕਢਵਾ ਦੇਣੇ ਆ, ਭਾਵੇਂ ਇਹ ਗੁੱਸਾ ਕਰ ਤੇ ਪਿੰਡਾਂ ਨੂੰ ਕਹਿ ਕੇ ਪੈਸੇ ਤੁਹਾਡੇ ਕਢਵਾ ਦੇਣੇ ਆ, ਜੇ ਹੁੰਦਾ ਸਾਡੀ ਫੈਡਰੇਸ਼ਨ ਦਾ ਮੈਚ ਤੇ ਹੁਣ ਨੂੰ ਇੱਥੇ 10-20 ਹਜ਼ਾਰ ਰੁਪਇਆ ਤੁਹਾਡਾ ਕੱਢਿਆ ਜਾਣਾ, ਤੁਹਾਨੂੰ ਜਾਣਾ ਪਤਾ ਲੱਗ ਕਿੱਦਾਂ ਪੈਸੇ ਕੱਢ ਹੁੰਦੇ ਆ। ਸੁੰਦਰਾਂ ਵਾਲੇ ਆ ਗਿਆ ਤਾਂ ਹੁਣ ਮੈਂ ਤਾਜੇ ਨੂੰ ਵੀ ਬੇਨਤੀ ਕਰੂੰਗਾ, ਤਾਜੇ ਵੀ ਇੱਕ ਮਿੰਟ ਦੇ ਵਿੱਚ ਆ ਜਾ, ਪੈਸੇ ਦੇ ਕੱਢਣੇ ਸ਼ੁਰੂ ਹੋ ਜਾਣੇ, ਭਾਵਾਂ ਪਿੰਡ ਦਾ ਮੈਚ ਆ ਤੇ ਭਾਵਾਂ ਬਾਹਰ ਆ, ਕੋਈ ਛੇਤੀ ਤੋਂ ਛੇਤੀ ਆਓ। ਦਰਸ਼ਕ ਵਿਚਾਰੇ ਬਹੁਤ ਚਿਰ ਦੇ ਬੈਠੇ ਆ, ਬਹੁਤ ਵੇਟ ਕੀਤੀ ਇਹਨਾਂ ਨੇ, ਇਹਨਾਂ ਤੋਂ ਬਗੈਰ ਜੇ ਸਾਰੇ ਚਲ ਗਏ ਤਾਂ ਆਪਾਂ ਮੈਚ ਕਿਹਨੂੰ ਦਿਖਾ ਲੈਣਾ, ਫਿਰ ਆਪਾਂ ਹੀ ਕਰਾਂਗੇ। ਇਹਨਾਂ ਨੂੰ ਮਿਹਨਤਾਂ ਕਰਨੀਆਂ ਵੀ ਇਹ ਆਉਣ ਤੇ ਸਾਡਾ ਰੌਣਕ ਵਧੇ, ਸਾਡਾ ਮੈਚ ਵਧੀਆ ਹੋਵੇ, ਤਾਂ ਹੀ ਮੈਚ ਵਧੀਆ ਹੋਣਗੇ, ਦਰਸ਼ਕ ਹੋਣਗੇ। ਤਾਂ ਜੇ ਦਰਸ਼ਕ ਸਾਰੇ ਚਲ ਗਏ ਤੇ ਆਪਾਂ ਫਿਰ ਕਾਹਦੇ ਲਈ ਖੇਡਣਾ, ਕਿਹਨੂੰ ਦਿਖਾਉਣਾ, ਕੀ ਕਰਨਾ ਹੈ ਫਿਰ। ਇਸ ਕਰਕੇ ਬੇਨਤੀ, ਹੱਥ ਜੋੜ ਕੇ ਬੇਨਤੀ ਆ ਵੀ ਇੱਕ ਮਿੰਟ ਦੇ ਵਿੱਚ ਆ ਜਾਓ। ਆਹ ਸੁਣਨ ਵਾਲੇ ਪਲੇਅਰ ਤਾਂ ਲਗਭਗ ਆ ਗਏ ਆ, ਜੇ ਇਹਨਾਂ ਦਾ ਵੀ ਕੋਈ ਇੱਕ ਦੋ ਪਲੇਅਰ ਬਾਅਦ 'ਚ ਆਇਆ ਤਾਂ ਉਹਦੇ ਵੀ ਪੈਸੇ ਕੱਟੇ ਜਾਣਗੇ।
ਇਹ ਨਹੀਂ ਹੋਊਗਾ ਵੀ ਦੋ ਪਲੇਅਰ ਵਿੱਚ ਆ ਗਿਆ ਤੇ ਚਾਰ ਬਾਹਰ ਰਹਿਣਗੇ। ਸਿਰਫ ਇੱਕ ਮਿੰਟ ਦਾ ਸਮਾਂ ਵਾ, ਮੈਂ ਪਿੰਡ ਵਾਲਿਆਂ ਨੂੰ ਕਹਿ ਕੇ ਕਢਾ ਦੇਣੇ ਪੈਸੇ ਫੇਰ ਨਾ ਕਿਉਂ। ਬਈ ਕਾਲੇ ਸਿੰਘਾਂ ਦੀ ਟੀਮ, ਜੇ ਤੁਹਾਨੂੰ ਕਬੱਡੀ ਦੇ ਸਟਾਰ ਜਿੰਦਰ ਖਾਨੋਵਾਲ ਦੇ ਵਿੱਚ ਚਾਰ ਚੰਗੇ ਲੱਗੇ ਕਿ ਤਾੜੀ ਮਾਰੋ ਉਹਨਾਂ ਦੇ ਵਾਸਤੇ, ਉਹਨਾਂ ਨੇ ਆਪਣੇ ਮਕਾਰਬਿੰਦ ਤੋਂ ਵੀ ਬੇਨਤੀ ਕਰ ਦਿੱਤੀ ਹੈ ਖਿਡਾਰੀਆਂ ਨੂੰ, ਹੁਣ ਖਿਡਾਰੀ ਨਹੀਂ ਆ ਰਿਹਾ, ਇਸ ਤੋਂ ਵੱਧ ਕਿਤੇ ਅਸੀਂ ਖੇਡ ਬੁਲਾਰੇ ਵੀ ਨਹੀਂ ਕੁਝ ਕਹਿ ਸਕਦੇ। ਬਈ ਖਿਡਾਰੀ ਪਤਾ ਨਹੀਂ ਕਿੱਥੇ ਜਾ ਕੇ ਹੁਣ ਤਿਆਰ ਹੋ ਰਹੇ ਆ, ਹੁਣ ਤਾਂ ਸੁਰਨਾ ਦੀ ਟੀਮ ਵੀ ਪੁੱਜ ਗਈ ਹੈ, ਬਾਅਦ ਚ ਮੈਚ ਖੇਡਿਆ ਇਸ ਟੀਮ ਨੇ। ਪਰ ਕਾਲੇ ਸਿੰਘਾਂ ਦੇ ਪਲੇਅਰਾਂ ਨੂੰ ਮੇਰੀ ਬੇਨਤੀ ਆ ਵੀ ਜਿਹੜੇ ਨਹੀਂ ਪੁੱਜੇ ਉਹ ਜਲਦੀ ਦੇ ਨਾਲ ਆ ਜਾਣ। ਤੇ ਮਾਈਕ ਤੇ ਉਸਤਾਦ ਜਨਾਬ ਮੱਖਣ ਅਲੀ ਜੀ। ਹੈਲੋ ਕਾਲਾ ਸਿੰਘਿਆਂ ਦੀ ਟੀਮ, ਇੱਕ ਮਿੰਟ ਦਾ ਸਮਾਂ ਦਿੱਤਾ ਗਿਆ ਸੀ ਪ੍ਰਬੰਧਕਾਂ ਵੱਲੋਂ ਕਾਲਾ ਸਿੰਘਿਆਂ ਦੀ ਟੀਮ ਦੇ ਵਾਸਤੇ, ਸਮਾਂ ਸਮਾਪਤ ਹੋ ਰਿਹਾ, ਪ੍ਰਾਈਜ਼ ਦੇ ਵਿੱਚ ਕਟੌਤੀ ਕੀਤੀ ਜਾਵੇਗੀ। ਕਾਲਾ ਸਿੰਘਿਆਂ ਦੀ ਟੀਮ ਜਲਦੀ ਗਰਾਊਂਡ ਦੇ ਵਿੱਚ ਪੁੱਜੇ। ਹਾਂ ਕਾਲਾ ਸਿੰਘਿਆਂ ਦੀ ਟੀਮ ਕਹਿੰਦੇ ਵੀ ਦੋ ਮਿੰਟ ਹੋਰ ਦਿੱਤੇ ਜਾਣਗੇ ਨਹੀਂ ਤਾਂ ਟੀਮ ਹੀ ਕੱਢ ਦਿੱਤੀ ਜਾਵੇਗੀ। ਕਾਲਾ ਸਿੰਘਿਆਂ ਦੀ ਟੀਮ, ਦੋ ਮਿੰਟ ਦਾ ਸਮਾਂ ਦਿੱਤਾ ਗਿਆ ਐਕਸਟਰਾ, ਜੇ ਨਹੀਂ ਪੁੱਜਦੀ ਟੀਮ ਤਾਂ ਟੀਮ ਕੱਢ ਦਿੱਤੀ ਜਾਵੇਗੀ। ਖਿਡਾਰੀ ਮਿਹਰਬਾਨੀ ਕਰਕੇ ਸਹਿਯੋਗ ਕਰਨ, ਆ ਜਾਓ ਜਲਦੀ ਤੋਂ ਜਲਦੀ ਟੀਮ ਕਾਲਾ ਸਿੰਘਿਆਂ, ਦੋ ਮਿੰਟ ਦਾ ਸਮਾਂ ਘੜੀ ਦੇ ਹਿਸਾਬ ਦੇ ਨਾਲ ਆ ਜਾਓ ਵੀ ਨੌਜਵਾਨੋ, ਲਓ ਆ ਗਈ ਟੀਮ ਕਾਲਾ ਸਿੰਘਿਆਂ ਮਾਂ। ਜਲਦੀ ਆਪਾਂ ਇਸ ਮੈਚ ਦੀ ਸ਼ੁਰੂਆਤ ਕਰਾਂਗੇ। ਕਾਲਾ ਸਿੰਘਿਆਂ ਦੀ ਟੀਮ ਮੈਦਾਨ ਦੇ ਅੰਦਰ ਪੁੱਜ ਰਹੀ ਹੈ, ਮਾਰ ਦਿਓ ਤਾੜੀਆਂ ਜ਼ੋਰਦਾਰ। ਸਿੱਧੇ 15 ਨੰਬਰਾਂ ਦਾ ਇਹ ਮੈਚ ਹੋਵੇਗਾ। ਪ੍ਰਧਾਨ ਬਲਦੇਵ ਸਿੰਘ ਜੀ ਦੇਵੀ, ਸਾਰੀ ਸਪੋਰਟਸ ਕਮੇਟੀ ਇਹ ਫੈਸਲਾ ਕਰਦੀ ਹੋਈ, ਤਰੋਜਤ ਸਿੰਘ ਜੀ ਸਾਡੇ ਸਰਪੰਚ ਸਾਹਿਬ ਤੇ ਨਾਲ ਜਰਨੈਲ ਭਾਗੂ ਜੀ, ਸਾਰੇ ਸਤਿਕਾਰਯੋਗ ਵੀਰ। ਬਾਹੂ ਇਟਲੀ ਵੱਲੋਂ ਕਾਲਾ ਸਿੰਘ ਦੀ ਟੀਮ ਦਾ ਖਿਡਾਰੀ ਜਿਹੜਾ